ਦੇਸ਼ ਅੰਦਰ ਕਿਸਾਨਾਂ ਦੀ ਹਾਲਾਤ ਬਹੁਤ ਦੇਸ਼ ਅੰਦਰ ਕਿਸਾਨਾਂ ਦੇ ਹਾਲਾਤ ਬਹੁਤ ਮਾੜੇ ਨੇ। ਕੋਈ ਵੀ ਦੇਸ਼ ਦਾ ਅਜਿਹਾ ਪ੍ਰਦੇਸ਼ ਨਹੀਂ ਆ ਜਿੱਥੇ ਮਜਬੂਰੀ ਵਸ ਫਿਰ ਕਿਸਾਨਾਂ ਨੂੰ ਆਤਮ ਹੱਤਿਆ ਕਰਨੀ ਪੈਂਦੀ ਆ, ਕਿਉਂਕਿ ਖੇਤੀ ਘਾਟੇ ਵਾਲਾ ਸੌਦਾ। ਲੇਕਿਨ ਸਰਕਾਰ ਨੇ ਹੁਣ ਇੱਕ ਅਜਿਹਾ ਫੈਸਲਾ ਲਿਆ ਜਿਸਦੇ ਚੱਲਦਿਆਂ ਹੁਣ ਉਹਨਾਂ ਕਿਸਾਨਾਂ ਨੂੰ ਪੈਨਸ਼ਨ ਮਿਲੇਗੀ ਜਿਹੜੇ ਬਜ਼ੁਰਗ ਨੇ, ਮਤਲਬ ਜਿਹੜੇ 60 ਸਾਲ ਜਿਨ੍ਹਾਂ ਦੀ ਉਮਰ ਹੋ ਚੁੱਕੀ ਆ ਉਹਨਾਂ ਨੂੰ ਪੈਨਸ਼ਨ ਦੇਣ ਦਾ ਫੈਸਲਾ ਕੀਤਾ। ਕਿਉਂਕਿ 60 ਸਾਲ ਦੀ ਉਮਰ ਦੇ ਵਿੱਚ ਬੰਦਾ ਜ਼ਿਆਦਾ ਇੰਨਾ ਖੇਤੀ ਵਾਲਾ ਕੰਮ ਨਹੀਂ ਕਰ ਸਕਦਾ ਗਾ ਜਿਹੜੇ ਜਵਾਨੀ ਵਾਲੇ ਕੀਤੇ ਜਾ ਸਕਦੇ ਨੇ। ਅਤੇ ਉਸ ਤੋਂ ਬਾਅਦ ਕਿਉਂਕਿ ਕਈਆਂ ਦੀ ਜ਼ਮੀਨ ਘੱਟ ਹੈ ਜਿਸ ਕਰਕੇ ਲਾਹੇਵੰਦ ਵੀ ਇਹ ਕਿੱਤਾ ਨਹੀਂ ਹੈ, ਜਿਸਦੇ ਚੱਲਦਿਆਂ ਸਰਕਾਰ ਨੇ ਫੈਸਲਾ ਲਿਆ ਕਿ ਕਿਉਂ ਨਾ ਜਿਹੜਾ 60 ਸਾਲ ਤੋਂ ਉਮਰ ਵਾਲੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਵੇ। ਹਰ ਮਹੀਨੇ ਸਰਕਾਰ ਨੇ 3000 ਰੁਪਏ ਮਹੀਨਾ ਪੈਨਸ਼ਨ ਦੇਣ ਦਾ ਫੈਸਲਾ ਕਰ ਲਿਆ, ਜਿਸ ਨਾਲ ਜਿਹੜੇ ਬਜ਼ੁਰਗ ਕਿਸਾਨ ਨੇ ਉਹ ਵੀ ਆਪਣਾ ਜਿਹੜਾ ਕੋਈ ਨਾ ਕੋਈ ਘਰ ਦਾ ਖਰਚਾ ਪਾਣੀ ਕਰ ਸਕਣ। ਅੱਜ ਦੀ ਤਰੀਕ ਦੇ ਵਿੱਚ, ਅੱਜ ਦੇ ਦਿਨਾਂ ਦੇ ਵਿੱਚ, ਅੱਜ ਦੀ ਮਹਿੰਗਾਈ ਦੇ ਵਿੱਚ ਚਾਹੇ 3000 ਰੁਪਈਆ ਘੱਟ ਆ, ਲੇਕਿਨ ਫਿਰ ਵੀ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਬਹੁਤ ਸਾਰੀਆਂ ਅਜਿਹੀਆਂ ਭਲਾਈ ਸਕੀਮਾਂ ਨੇ ਜਿਵੇਂ ਬੁਢਾਪਾ ਪੈਨਸ਼ਨ ਹੋ ਗਈ, ਵਿਧਵਾ ਪੈਨਸ਼ਨ ਹੋ ਗਈ, ਜਤੀਮ ਬੱਚਿਆਂ ਨੂੰ ਪੈਨਸ਼ਨ ਹੋ ਗਈ, ਅਜਿਹੇ ਸਕੀਮਾਂ ਚੱਲਦੀਆਂ ਰਹਿੰਦੀਆਂ। ਹਰਿਆਣਾ ਨੇ ਤਾਂ ਇੱਥੋਂ ਤੱਕ ਜਿਹੜੇ ਛੜੇ ਨੇ ਜਿਨ੍ਹਾਂ ਨੇ ਵਿਆਹ ਨਹੀਂ ਕਰਾਇਆ ਉਹਨਾਂ ਨੂੰ ਵੀ ਪੈਨਸ਼ਨ ਦਿੱਤੀ ਜਾਂਦੀ ਹੈ। ਲੇਕਿਨ ਹੁਣ 3000 ਰੁਪਈਆ ਉਹਨਾਂ ਕਿਸਾਨਾਂ ਨੂੰ ਦੇਣ ਦਾ ਫੈਸਲਾ ਕੀਤਾ ਜਿਨ੍ਹਾਂ ਦੀ ਉਮਰ 60 ਸਾਲ ਤੋਂ ਜ਼ਿਆਦਾ ਹੋ ਗਈ ਆ। ਇਹ ਫੈਸਲਾ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਕੀਤਾ, ਯੋਗੀ ਆਦਿੱਤਿਆਨਾਥ ਜਿਹੜੇ ਯੂਪੀ ਦੇ ਮੁੱਖ ਮੰਤਰੀ ਆ ਉਹਨਾਂ ਦੀ ਸਰਕਾਰ ਨੇ ਯੂਪੀ ਦੇ ਵਿੱਚ ਅੱਜ ਬਜਟ ਪੇਸ਼ ਕੀਤਾ। ਬਜਟ ਦੇ ਵਿੱਚ ਸਰਕਾਰ ਨੇ ਐਲਾਨ ਕਰ ਦਿੱਤਾ ਹੈਗਾ ਕਿ ਜਿਹੜੇ 60 ਸਾਲ ਤੋਂ ਵੱਧ ਉਮਰ ਵਾਲੇ ਕਿਸਾਨ ਨੇ ਉਹਨਾਂ ਨੂੰ ਹਰ ਮਹੀਨੇ ਸੂਬਾ ਸਰਕਾਰ 3000 ਰੁਪਇਆ ਪੈਨਸ਼ਨ ਦੇਵੇਗੀ। ਇਸ ਸਕੀਮ ਦਾ ਨਾਮ ਰੱਖਿਆ ਮੁੱਖ ਮੰਤਰੀ ਖੇਤ ਸੁਰੱਖਿਆ ਯੋਜਨਾ। ਅਤੇ ਮੁੱਖ ਮੰਤਰੀ ਖੇਤ ਸੁਰੱਖਿਆ ਯੋਜਨਾ ਦੇ ਤਹਿਤ ਹੀ ਕਿਸਾਨਾਂ ਨੂੰ ਹੁਣ 3000 ਰੁਪਏ ਮਹੀਨਾ ਪ੍ਰਤੀ ਪੈਨਸ਼ਨ ਸੂਬਾ ਸਰਕਾਰ ਦੇਵੇਗੀ। ਯੂਪੀ ਦੀ ਯੋਗੀ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਬਜਟ ਪੇਸ਼ ਕਰ ਦਿੱਤਾ ਗਾ। ਸੂਬੇ ਦੇ ਵਿੱਤ ਮੰਤਰੀ ਸੁਰੇਸ਼ ਖੰਨਾ ਨੇ 7,37,437.71 ਲੱਖ ਰੁਪਏ ਦਾ ਬਜਟ ਪੇਸ਼ ਕੀਤਾ। ਇਸ ਵਿੱਚ 24,000 ਕਰੋੜ ਰੁਪਏ ਦੀਆਂ ਕਈ ਨਵੀਆਂ ਯੋਜਨਾਵਾਂ ਵੀ ਸ਼ਾਮਿਲ ਹੈ, ਜਿਨ੍ਹਾਂ ਵਿੱਚ ਇੱਕ ਮੁੱਖ ਮੰਤਰੀ ਖੇਤ ਸੁਰੱਖਿਆ ਯੋਜਨਾ ਵੀ ਹੈ। ਸੂਬੇ ਦਾ ਜਿਹੜਾ ਰਾਜਿਆ ਮਾਲੀਆ ਘਾਟਾ ਉਹ 3.46% ਆ। ਅਤੇ ਕਿਸਾਨਾਂ ਵਾਸਤੇ ਸਭ ਤੋਂ ਵੱਡਾ ਐਲਾਨ ਕੀਤਾ ਸੂਬਾ ਸਰਕਾਰ ਨੇ, ਯੋਗੀ ਸਰਕਾਰ ਨੇ ਇਸ ਦੇ ਤਹਿਤ ਜਿਹੜੇ ਕਿਸਾਨਾਂ ਦੀ 60 ਸਾਲ ਤੋਂ ਜ਼ਿਆਦਾ ਉਮਰ ਆ ਉਹਨਾਂ ਨੂੰ ਹੁਣ ਹਰ ਮਹੀਨੇ 3000 ਰੁਪਈਆ ਪੈਨਸ਼ਨ ਦੇਣ ਦਾ ਫੈਸਲਾ ਕਰ ਲਿਆ। ਇਸ ਤੋਂ ਇਲਾਵਾ ਜਿਹੜੇ ਬੇਸਹਾਰਾ ਪਸ਼ੂਆਂ ਲਈ ਵੀ ਸਰਕਾਰ ਨੇ 1.7 ਦੇ ਤਹਿਤ 400 ਕਰੋੜ ਰੁਪਏ ਦਾ ਨਵਾਂ ਪ੍ਰਬੰਧ ਕੀਤਾ, ਖਾਸ ਕਰਕੇ ਜਿਹੜੇ ਸੜਕਾਂ 'ਤੇ ਆਮ ਹੀ ਜਿਹੜੇ ਡੰਗਰ ਜਾਂ ਜਾਨਵਰ ਤੁਰੇ ਫਿਰਦੇ ਹੈਗੇ ਨੇ ਉਹ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਵੀ ਖਿਲਵਾੜ ਹੋ ਜਾਂਦਾ ਕਿਉਂਕਿ ਹਾਦਸੇ ਦੇ ਕਾਰਨ ਬਣਦੇ ਨੇ, ਉਹਨਾਂ ਵਾਸਤੇ ਵੀ ਸਰਕਾਰ ਨੇ 400 ਕਰੋੜ ਰੁਪਏ ਦਾ ਪ੍ਰਬੰਧ ਰੱਖਿਆ। ਪਿਛਲੀ ਵਾਰ ਇਹ ਜਿਹੜਾ 200 ਕਰੋੜ ਸੀ ਉਹਨੂੰ 400 ਕਰੋੜ ਕਰ ਦਿੱਤਾ। ਇਸ ਤੋਂ ਇਲਾਵਾ ਗੰਗਾ ਐਕਸਪ੍ਰੈਸ ਵੇ ਲਈ 258 ਕਰੋੜ ਰੁਪਏ ਦਾ ਵੀ ਬਜਟ ਮਨਜ਼ੂਰ ਕੀਤਾ ਗਿਆ। ਯੂਪੀ ਵਿੱਚ ਮੁੱਖ ਮੰਤਰੀ ਖੇਤ ਸੁਰੱਖਿਆ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ, ਇਹ ਨਵੀਂ ਯੋਜਨਾ। ਇਸ ਦੇ ਲਈ 50 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ, ਰੱਖਿਆ ਗਿਆ। ਔਰ ਇਸ ਤੋਂ ਇਲਾਵਾ ਜਿਹੜੇ ਘੱਟ ਗਿਣਤੀਆਂ ਭਾਈਚਾਰੇ ਦੇ ਨਾਲ ਸੰਬੰਧ ਰੱਖਣ ਵਾਲੇ ਵਿਦਿਆਰਥੀ ਨੇ ਉਹਨਾਂ ਨੂੰ ਜਿਹੜੀ ਆ ਉਹਨਾਂ ਵਾਸਤੇ ਜਿਹੜੀ ਬੀਮਾ ਯੋਜਨਾਵਾਂ ਸਕੀਮ ਆ ਭਲਾਈ ਉਹ 220 ਕਰੋੜ ਰੁਪਏ ਰੱਖ ਦਿੱਤੀ। ਇਸ ਤੋਂ ਇਲਾਵਾ ਜਿਹੜੀ
ਐਡਵੋਕੇਟ ਕਲਿਆਣ ਨਿਧੀ ਨੂੰ ਜਿਹੜਾ ਵਾ ਸਕੀਮ ਉਹ 200 ਕਰੋੜ ਰੁਪਏ ਤੋਂ ਵਧਾ ਕੇ 500 ਕਰੋੜ ਰੁਪਈਆ ਕਰ ਦਿੱਤੀ ਗਈ। ਲੇਕਿਨ ਜਿਹੜੀ ਇਸ ਸਮੇਂ ਜਿਹੜੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਯੋਗੀ ਸਰਕਾਰ ਨੇ 60 ਸਾਲ ਤੋਂ ਵੱਧ ਉਮਰ ਵਾਲੇ ਕਿਸਾਨਾਂ ਨੂੰ ਹੁਣ 3000 ਰੁਪਈਆ ਪੈਨਸ਼ਨ ਦੇਣ ਦਾ ਫੈਸਲਾ ਕੀਤਾ। ਇਹ ਬਿੱਲ ਜਿਹੜਾ ਅੱਜ ਬਜਟ ਸੂਬੇ ਦੇ ਜਿਹੜੇ ਖਜ਼ਾਨਾ ਮੰਤਰੀ ਆ ਸੁਰੇਸ਼ ਖੰਨਾ ਉਹਨਾਂ ਨੇ ਬਜਟ ਪੇਸ਼ ਕੀਤਾ ਗਿਆ, ਜਿਹਦੇ ਚੱਲਦਿਆਂ ਇਹ ਜਿਹੜੀ ਮੁੱਖ ਮੰਤਰੀ ਖੇਤ ਸੁਰੱਖਿਆ ਯੋਜਨਾ ਦੇ ਤਹਿਤ 60 ਸਾਲ ਤੋਂ ਉਮਰ ਵਾਲੇ ਕਿਸਾਨਾਂ ਨੂੰ 3000 ਰੁਪਈਆ ਮਹੀਨਾ ਪੈਨਸ਼ਨ ਦਿੱਤੀ ਜਾਊਗੀ। ਇਹਦੇ ਵਾਸਤੇ ਸਰਕਾਰ ਨੇ 50 ਕਰੋੜ ਰੁਪਏ ਦੇ ਬਜਟ ਦਾ ਪ੍ਰਬੰਧ ਕੀਤਾ। ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆਗਿਆ, ਦੇਖਦੇ ਰਹੋ ABC ਪੰਜਾਬ। ਧੰਨਵਾਦ।